ਵੇਖਰੇ ਸਾਰੇ ਪਿਆਰੇ ਸਰੋਤੇ ਵੀਰ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਸਰਕਾਰ ਵੱਲੋਂ ਜੋ ਪੰਜਾਬ ਦੇ ਲੋਕਾਂ ਨੂੰ ਫ੍ਰੀ ਕਣਕ ਜਿਹੜੀ ਆ ਮਿਲ ਰਹੀ ਹੈ ਉਹਦੇ ਤੇ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੀ। ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਕਿ ਸਰਕਾਰ ਵੱਲੋਂ ਜੋ ਫ੍ਰੀ ਕਣਕ 15 ਕਿਲੋ ਮਿਲਣੀ ਹੈ ਪ੍ਰਤੀ ਮਹੀਨਾ ਉਹ ਪਰ ਮੈਂਬਰ ਨੂੰ ਜਿਹੜੀ ਹੈ ਕਿੰਨੀ ਕਿੰਨੀ ਜਿਹੜੀ ਹੈ ਦਿੱਤੀ ਜਾਵੇਗੀ। ਸੋ ਜਿਨ੍ਹਾਂ ਨੂੰ ਕਣਕ ਜਿਹੜੀ ਹੈ ਅਜੇ ਤੱਕ ਨਹੀਂ ਮਿਲ ਰਹੀ ਹੈਗੀ ਉਹਨਾਂ ਨੂੰ ਕਿਹੜੇ ਕਿਹੜੇ ਉਹ ਜ਼ਰੂਰੀ ਕੰਮ ਜਿਹੜੇ ਆ ਕਰਨੇ ਹੋਣਗੇ, ਜਿਨ੍ਹਾਂ ਦੇ ਫੈਮਿਲੀ ਮੈਂਬਰ ਘੱਟ ਹੋ ਗਏ ਨੇ ਉਹਨਾਂ ਨੂੰ ਕਿਹੜੇ ਜ਼ਰੂਰੀ ਕੰਮ ਕਰਨੇ ਹੋਣਗੇ, ਅਤੇ ਜਿਨ੍ਹਾਂ ਨੇ ਨਵੇਂ ਫੈਮਿਲੀ ਮੈਂਬਰ ਐਡ ਕਰਨੇ ਹੈਗੇ ਨੇ ਉਹਨਾਂ ਨੂੰ ਕੀ ਕਰਨਾ ਹੋਵੇਗਾ, ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ। ਚੈਨਲ 'ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਬੈੱਲ ਆਈਕਨ ਔਲ ਨੋਟੀਫਿਕੇਸ਼ਨ ਵੀ ਔਨ ਜ਼ਰੂਰ ਕਰ ਲਵੋ ਤਾਂ ਜੋ ਤੁਹਾਨੂੰ ਇਸ ਚੈਨਲ 'ਤੇ ਰਾਸ਼ਨ ਕਾਰਡ ਸੰਬੰਧੀ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਆ ਮਿਲਦੀ ਰਹੇ ਅਤੇ ਤੁਸੀਂ ਵੀ ਸਰਕਾਰ ਵੱਲੋਂ ਮਿਲਦੀ ਫ੍ਰੀ ਕਣਕ ਦੀ ਪੂਰੀ ਪੂਰੀ ਸਹੂਲਤ ਜਿਹੜੀ ਆ ਲੈ ਸਕੋ। ਦੋਸਤੋ ਤੁਹਾਨੂੰ ਅਸੀਂ ਦੱਸ ਦਈਏ ਕਿ ਜੁਲਾਈ ਮਹੀਨਾ ਜਿਹੜਾ ਆ ਖਤਮ ਹੋਣ 'ਤੇ ਆ ਗਿਆ, ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਸ਼ਨ ਜਿਹੜੇ ਨੇ ਮਿਲ ਵੀ ਚੁੱਕੇ ਨੇ। ਪਰ ਜੇਕਰ ਅਸੀਂ ਅਗਲੇ 3 ਤੋਂ 4 ਮਹੀਨਿਆਂ ਦੀ ਗੱਲ ਕਰੀਏ, ਅਗਸਤ ਸਤੰਬਰ ਅਕਤੂਬਰ ਦੇ 2024 ਦੀ ਗੱਲ ਕਰੀਏ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਡੀਪੂ ਹੋਲਡਰਾਂ ਵੱਲੋਂ ਫੂਡ ਸਪਲਾਈ ਦੇ ਜਿਹੜੇ ਆਫਿਸ ਹੈਗੇ ਨੇ, ਜਦੋਂ ਉਹਨਾਂ ਨਾਲ ਗੱਲਬਾਤ ਸਾਡੀ ਹੋਈ ਆ ਤਾਂ ਉਹਨਾਂ ਵੱਲੋਂ ਵੀ ਇਹੋ ਗੱਲ ਕਹੀ ਗਈ ਹੈ ਕਿ ਹੁਣ ਲੋਕਾਂ ਨੂੰ ਜਿਹੜੀ ਆ 15 ਕਿਲੋ ਜਿਹੜੀ ਆ ਕਣਕ ਜਿਹੜੀ ਆ ਮਿਲਿਆ ਕਰਨੀ ਆ। ਪਰ ਇਸ ਤੋਂ ਪਹਿਲਾਂ ਤੁਹਾਨੂੰ ਜ਼ਰੂਰੀ ਕੰਮ ਜਿਹੜਾ ਆ ਕਰਨਾ ਹੋਵੇਗਾ। ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਆਪਣੇ KYC ਜਿਹੜੀ ਆ ਜ਼ਰੂਰ ਅਪਡੇਟ ਕਰ ਲਵੋ, ਜਿਨ੍ਹਾਂ ਨੇ ਈ ਸ਼ਰਮ ਕਾਰਡ ਨਹੀਂ ਬਣਾਏ ਉਹ ਜਲਦੀ ਤੋਂ ਜਲਦੀ ਜ਼ਰੂਰ ਬਣਾ ਲਵੋ। ਪਰ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦੇ ਨਾਮ ਜਿਹੜੇ ਕੱਟੇ ਗਏ ਨੇ ਉਹਨਾਂ ਨੇ ਆਪਣੇ ਫਾਰਮ ਜਿਹੜੇ ਨੇ ਭਰ ਕੇ ਡਿਸਟ੍ਰਿਕਟ ਲੈਵਲ ਦੇ ਜਿਹੜੇ ਫੂਡ ਸਪਲਾਈ ਦੇ ਆਫਿਸ ਹੁੰਦੇ ਨੇ ਉੱਥੇ ਜਾ ਕੇ ਜਮ੍ਹਾਂ ਕਰਵਾਉਣੇ ਨੇ। ਸਵੈ ਘੋਸ਼ਣਾ ਪੱਤਰ ਜਿਹੜਾ ਆ ਉਹ ਕਿਵੇਂ ਭਰਨਾ ਹੈ ਉਹ ਵੀ ਵੀਡੀਓ ਅਸੀਂ ਕੱਲ੍ਹ ਨੂੰ ਅਪਲੋਡ ਕਰਨ ਜਾ ਰਹੇ ਹਾਂ, ਕਿਉਂਕਿ ਸਵੈ ਘੋਸ਼ਣਾ ਫਾਰਮ ਜਿਹੜਾ ਆ ਉਹ ਲੱਗ ਰਿਹਾ ਹੈਗਾ। ਜਿਨ੍ਹਾਂ ਨੇ ਪਹਿਲਾਂ ਰਾਸ਼ਨ ਕਾਰਡ ਬਣੇ ਹੋਏ ਸੀ ਪਰ ਬਾਅਦ ਵਿੱਚ ਕੱਟੇ ਗਏ ਉਹਨਾਂ ਕੋਲੋਂ ਹੁਣ ਸਵੈ ਘੋਸ਼ਣਾ ਪੱਤਰ ਜਿਹੜਾ ਲਿਆ ਜਾ ਰਿਹਾ। ਨੰਬਰ 2 'ਤੇ ਜਿਹੜਾ ਜ਼ਰੂਰੀ ਕੰਮ ਹੈਗਾ ਦੋਸਤੋ ਇਹ ਕਰਨਾ ਹੋਵੇਗਾ ਕਿ ਜਿਨ੍ਹਾਂ ਨੇ ਬਿਲਕੁਲ ਨਵੇਂ ਰਾਸ਼ਨ ਕਾਰਡ ਅਪਲਾਈ ਕਰਨੇ ਹੈਗੇ ਨੇ ਉਹਨਾਂ ਨੂੰ ਵੀ ਸਵੈ ਘੋਸ਼ਣਾ ਅਤੇ ਪੁਰਾਣਾ ਜਿਹੜਾ ਫੋਰਮ ਹੁੰਦਾ ਸੀ ਜਿਹੜਾ ਕਿ ਚੈਨਲ 'ਤੇ ਅਸੀਂ ਵੀਡੀਓ ਅਪਲੋਡ ਕੀਤਾ ਹੋਇਆ ਉਹ ਫਾਰਮ ਜਿਹੜਾ ਜ਼ਰੂਰ ਭਰਨਾ ਹੈ ਅਤੇ ਜਮ੍ਹਾਂ ਕਰਵਾਉਣਾ ਹੈ, ਈ ਸ਼ਰਮ ਕਾਰਡ ਵੀ ਤੁਸੀਂ ਬਣਾਉਣਾ ਹੈਗਾ। ਇਸ ਤੋਂ ਬਾਅਦ ਤੁਹਾਨੂੰ ਦੋਸਤੋ ਦੱਸ ਦਈਏ ਕਿ ਹੁਣ ਸਰਕਾਰ ਜਿਹੜੀ ਹੈਗੀ ਆ ਰਾਸ਼ਨ ਕਾਰਡ 'ਤੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਸਕੀਮ ਦੇ ਤਹਿਤ ਤੁਹਾਨੂੰ ਜਿਹੜੀ 2 ਰੁਪਈਏ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਮਿਲਦੀ ਸੀ ਉਹ ਤੁਹਾਨੂੰ ਬਿਲਕੁਲ ਮੁਫਤ ਹੀ ਮਿਲਣੀ ਆ। ਮਤਲਬ ਕਿ ਜਿਹੜੀ 2 ਰੁਪਈਏ ਕਿਲੋ ਕਣਕ ਦੇ ਮਿਲਦੀ ਹੈਗੀ ਆ ਉਹ ਪੰਜਾਬ ਸਰਕਾਰ ਵੱਲੋਂ ਫੂਡ ਸਪਲਾਈ ਪੰਜਾਬ ਵੱਲੋਂ ਮਿਲਦੀ ਆ, ਪਰ ਜਿਹੜੀ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਸਕੀਮ ਤਹਿਤ ਮਿਲਦੀ ਹੈਗੀ ਆ ਉਹ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਮਿਲਦੀ ਆ। ਉਹਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਦੇਣ ਦੀ ਲੋੜ ਨਹੀਂ ਹੈਗੀ, ਠੀਕ ਆ। ਉਹ ਵੈਸੇ ਵੀ ਡੀਪੂ ਹੋਲਡਰ ਜਦੋਂ ਪ੍ਰਿੰਟ ਆਊਟ ਕੱਢਦੇ ਹੈਗੇ ਨੇ ਪਰਚੀ ਦਾ ਉਹਦੇ 'ਤੇ ਅਮਾਊਂਟ ਆ ਜਾਂਦੀ ਹੈ, 0 ਬਣਿਆ ਹੁੰਦਾ, ਉਹਦੀ ਕੋਈ ਵੀ ਪੈਸਾ ਤੁਹਾਡੇ ਕੋਲ ਨਹੀਂ ਲੈ ਸਕਦਾ। ਪਰ ਹੁਣ ਦੇਖੋ ਕਿ ਬਹੁਤ ਸਾਰੇ ਦੋਸਤਾਂ ਨੇ ਵੀਡੀਓ ਦੇ ਪੁਰਾਣੀਆਂ ਜਿਹੜੀਆਂ ਵੀਡੀਓ ਸੀ ਲਾਸਟ ਰੀਸੈਂਟ ਸਾਡੀਆਂ ਉਹਦੇ ਵਿੱਚ ਕਾਫੀ ਦੋਸਤਾਂ ਨੇ ਕਮੈਂਟ ਕੀਤੇ ਸੀ ਕਿ ਸਾਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਪ੍ਰਤੀ ਮੈਂਬਰ ਮਿਲਣੀ ਹੈ ਜਾਂ ਫਿਰ ਪ੍ਰਤੀ 3 ਮਹੀਨਿਆਂ ਦੀ ਇਕੱਠੀ ਮਿਲਣੀ ਹੈਗੀ ਆ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕਈਆਂ ਵਿਅਕਤੀਆਂ ਨੂੰ ਜਾਣਕਾਰੀ ਨਹੀਂ ਹੁੰਦੀ ਅਤੇ ਕਈ ਵਾਰੀ ਉਹਨਾਂ ਦਾ ਡੀਪੂ ਹੋਲਡਰਾਂ ਨਾਲ ਲੜਾਈ ਝਗੜਾ ਵੀ ਹੋ ਜਾਂਦਾ। ਸੋ ਤੋਂ ਉਸ ਤੋਂ ਤੁਹਾਨੂੰ ਉਸ ਵੀਡੀਓ ਵਿੱਚ ਵੀ ਮੈਂ ਦੱਸਿਆ ਸੀ
ਤੇ ਪਰ ਮੈਨੂੰ ਲੱਗਦਾ ਕਿ ਉਹ ਵੀਡੀਓ ਕੁਝ ਲੋਕਾਂ ਨੇ ਪੂਰੀ ਨਹੀਂ ਸੀ ਦੇਖੀ, ਜਿਹਦੇ ਵਿੱਚ ਮੈਂ ਐਂਡ ਵਿੱਚ ਤੁਹਾਨੂੰ ਦੱਸ ਦਿੱਤਾ ਸੀ ਕਿ ਜਿਹੜੀ ਪ੍ਰਤੀ ਮੈਂਬਰ ਮਿਲਣੀ ਆ ਉਹ 5 ਕਿਲੋ ਮਿਲਣੀ ਆ ਪਰ ਮੰਥ ਦੀ ਮਿਲਣੀ ਆ। ਪਰ ਜੇਕਰ ਅਸੀਂ ਗੱਲ ਹੁਣ ਕਰੀਏ ਕਿ 15 ਕਿਲੋ ਜਿਹੜੀ ਮਿਲਣੀ ਆ ਉਹ ਤੁਹਾਨੂੰ 3 ਮਹੀਨਿਆਂ ਦੀ ਇਕੱਠੀ ਮਿਲਣੀ ਆ, ਅਗਸਤ ਸਤੰਬਰ ਤੇ ਅਕਤੂਬਰ। ਪਰ ਮੈਂਬਰ ਨੂੰ ਯਾਦ ਰੱਖਣਾ, ਪਰ ਮੈਂਬਰ ਨੂੰ 15 ਕਿਲੋ ਮਿਲਣੀ ਆ, 1 ਮੰਥ ਦੀ 5 ਕਿਲੋ ਮਿਲਣੀ ਆ, 3 ਮਹੀਨਿਆਂ ਦੀ 15 ਕਿਲੋ ਮਿਲਣੀ ਆ, ਪਰ ਇਕੱਠੀ ਮਿਲਣੀ ਆ, ਠੀਕ ਆ ਜੀ। ਤੇ ਜਿਹੜੇ ਇਹਦੇ ਪੈਸੇ ਆ ਉਹ ਵੀ ਤੁਹਾਨੂੰ ਡਿਪੋਜ਼ਿਟ ਕਰਵਾਉਣੇ ਹੋਣਗੇ। ਬਾਕੀ ਜੇਕਰ ਅਸੀਂ ਗੱਲ ਕਰੀਏ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਸਕੀਮ ਦੇ ਤਹਿਤ ਜਿਹੜੀ ਮਿਲਣੀ ਆ ਉਹ ਤੁਹਾਨੂੰ ਹੁਣ ਨਹੀਂ ਮਿਲਣੀ ਹੈਗੀ, ਉਹ ਤੁਹਾਨੂੰ ਮਿਲਣੀ ਹੈਗੀ ਆ ਅਕਤੂਬਰ 'ਚ ਜਾ ਕੇ, ਕਿਉਂਕਿ ਜਿਹੜੀ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਸਕੀਮ ਦੇ ਤਹਿਤ ਜਿਹੜੀ ਤੁਹਾਨੂੰ ਕਣਕ ਮਿਲਦੀ ਆ ਉਹ ਤੁਹਾਨੂੰ ਸਾਲ ਦੇ ਵਿੱਚ ਸਿਰਫ ਤੇ ਸਿਰਫ 2 ਵਾਰੀ ਸਰਕਾਰ ਵੱਲੋਂ ਦਿੱਤੀ ਜਾਂਦੀ ਆ, ਕੁਝ ਸਟੇਟਾਂ ਵਿੱਚ 3 ਵਾਰੀ ਵੀ ਦਿੱਤੀ ਜਾਂਦੀ ਆ। ਜੇਕਰ ਅਸੀਂ ਹਰਿਆਣਾ ਦੀ ਗੱਲ ਕਰੀਏ ਜਾਂ ਫਿਰ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ 3 ਵਾਰੀ ਦਿੱਤੀ ਜਾਂਦੀ ਆ, ਕਿਉਂਕਿ ਉੱਥੇ ਪੰਜਾਬ ਦੇ ਵਿੱਚ ਚਲੋ ਖੇਤੀਬਾੜੀ ਕਾਫੀ ਹੈਗੀ ਆ, ਪੰਜਾਬ ਦੇ ਵਿੱਚ 2 ਵਾਰੀ ਦਿੱਤੀ ਜਾਂਦੀ ਆ, ਪਰ ਹਿਮਾਚਲ ਤੇ ਹਰਿਆਣਾ ਵਿੱਚ ਜਿਹੜੀ ਆ ਉਹ 3 ਵਾਰੀ ਦਿੱਤੀ ਜਾਂਦੀ ਆ। ਸੋ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਕਿ 5 ਕਿਲੋ ਜਿਹੜੀ ਆ ਪ੍ਰਤੀ ਮੈਂਬਰ ਮਿਲੇਗੀ, 3 ਮਹੀਨੇ ਦੀ ਇਕੱਠੀ ਮਿਲੇਗੀ। ਹੁਣ ਅਸੀਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹਨਾਂ ਨੇ ਈ ਸ਼ਰਮ ਕਾਰਡ ਨਹੀਂ ਬਣਾਏ, ਈ ਸ਼ਰਮ ਕਾਰਡ ਜਿਹੜੇ ਨੇ ਬਣਾਉਣੇ ਹੋਣਗੇ। ਕਈਆਂ ਨੇ ਇਹ ਵੀ ਪੁੱਛਿਆ ਸੀ ਕਿ ਸਾਰੇ ਮੈਂਬਰਾਂ ਦੇ ਬਣਾਉਣੇ ਹੋਣਗੇ, ਨਹੀਂ ਸਾਰੇ ਮੈਂਬਰਾਂ ਨੂੰ ਬਣਾਉਣ ਦੀ ਕੋਈ ਵੀ ਲੋੜ ਨਹੀਂ ਹੈਗੀ, ਕੋਈ ਵੀ ਬੈਨੀਫਿਟ ਜਿਹੜਾ ਤੁਹਾਨੂੰ ਈ ਸ਼ਰਮ ਕਾਰਡ ਦੇ ਨਹੀਂ ਮਿਲੇਗਾ। ਸਿਰਫ ਤੇ ਸਿਰਫ ਈ ਸ਼ਰਮ ਕਾਰਡ ਜਿਹੜਾ ਆ ਹਸਬੈਂਡ ਤੇ ਵਾਈਫ ਦਾ ਹੀ ਬਣਨਾ, ਬੱਚਿਆਂ ਦਾ ਈ ਸ਼ਰਮ ਕਾਰਡ ਬਣਾਉਣ ਦੀ ਕੋਈ ਵੀ ਲੋੜ ਨਹੀਂ ਆ। ਜੇਕਰ ਕੱਲ ਨੂੰ ਤੁਹਾਡੇ ਕੋਈ ਪਿੰਡ ਵਿੱਚ ਕੈਂਪ ਲਾਉਣ ਵੀ ਆਉਂਦਾ ਕਿ ਜੀ ਸਾਰਿਆਂ ਦੇ ਬਣਾਓ, ਉਹ ਪੈਸੇ ਲੁੱਟਣ ਵਾਲਾ ਹੀ ਹੋਵੇਗਾ। ਪਰ ਤੁਹਾਨੂੰ ਅਸੀਂ ਸਹੀ ਜਾਣਕਾਰੀ ਦੇ ਦਿੱਤੀ ਆ, ਹਸਬੈਂਡ ਤੇ ਵਾਈਫ ਦਾ ਹੀ ਈ ਸ਼ਰਮ ਕਾਰਡ ਬਣਾ ਸਕਦੇ ਹੋ ਤੁਸੀਂ। ਬਾਕੀ ਹਸਬੈਂਡ ਦਾ ਵੀ ਜ਼ਰੂਰੀ ਨਹੀਂ ਹੈਗਾ, ਸਿਰਫ ਫੀਮੇਲ ਦਾ ਹੀ ਬਣਾਉਣਾ ਜ਼ਰੂਰੀ ਆ, ਠੀਕ ਆ। ਤੇ ਇੱਕ ਤੁਹਾਨੂੰ ਜਾਣਕਾਰੀ ਹੋ ਦੇ ਦਈਏ ਕਿ ਈ ਸ਼ਰਮ ਕਾਰਡ ਤੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ 1000 ਰੁਪਇਆ ਨਹੀਂ ਮਿਲਣਾ। ਇੱਕ ਸਾਡੇ ਸਬਸਕ੍ਰਾਈਬਰ ਨੇ ਕਮੈਂਟ ਕੀਤਾ ਸੀ ਜ਼ਿਲ੍ਹਾ ਗੁਰਦਾਸਪੁਰ ਦਾ ਕੋਈ ਕੈਫੇ ਵਾਲਾ ਚੱਕ ਸ਼ਰੀਫ ਦਾ, ਜੇਕਰ ਤੁਹਾਡੇ ਲਾਗੇ ਛਾਗੇ ਹੈਗਾ ਤਾਂ ਕਹਿੰਦੇ ਕਿ ਉਹ ਕਾਰਡ ਬਣਾ ਰਿਹਾ ਔਰਤਾਂ ਦੇ ਤੇ ਉਹ ਕਹਿ ਰਿਹਾ ਕਿ 1000 ਰੁਪਇਆ ਮਿਲਣਾ। ਜਿਨ੍ਹਾਂ ਨੇ ਉਸ ਵਿਅਕਤੀ ਕੋਲੋਂ ਪੈਸੇ ਬਣਵਾਇਆ ਹੈਗਾ ਕਾਰਡ, ਉਸ ਵਿਅਕਤੀ ਕੋਲੋਂ ਆਪਣੇ ਪੈਸੇ ਵਾਪਸ ਲੈ ਸਕਦੇ ਹੋ, ਕਿਉਂਕਿ ਈ ਸ਼ਰਮ ਕਾਰਡ ਤੇ ਸਰਕਾਰ ਨੇ ਕੋਈ ਵੀ 1000 ਰੁਪਈਏ ਦਾ ਲਾਭ ਤੁਹਾਨੂੰ ਨਹੀਂ ਦੇਣਾ, ਉਹ ਸਿਰਫ ਪੈਸੇ ਹੀ ਲੁੱਟ ਰਿਹਾ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਧੰਨਵਾਦ।